ਮਾਨਸਾ ਦੇ ਵਿੱਚ ਆਪਣਾ ਬਣਿਆ ਹੋਇਆ ਸੀ ਨਾ ਵੀ ਆਪਾਂ ਜੇ ਕਿਤੇ ਬਾਹਰ ਜਾਂਦੇ ਕਹਿੰਦੇ ਵੀ ਕਿੱਥੋਂ ਹੈ ਮਾਨਸਾ ਦਾ ਮਾਨਸਾ ਨੂੰ ਤਾਂ ਕੋਈ ਜਾਣਦਾ ਨਹੀਂ ਹੈਗਾ ਸਿਰਫ ਅਸੀਂ ਕਹਿੰਦੇ ਸਿੱਧੂ ਮੂਸੇਵਾਲੇ ਦੇ ਪਿੰਡ ਤੋਂ ਹੈ ਹਾਂ ਮਾਨਸਾ ਤੋਂ ਅਗਲਾ ਕਹਿੰਦਾ ਹਾਂ ਠੀਕ ਹੈ ਹੁਣ ਕੌਣ ਪੁੱਛੂਗਾ ਸਿਰਫ ਉਹਦੀ ਸਪੋਰਟ ਕਰਕੇ ਅੱਜ ਨਾਂ ਬਣਿਆ ਹੋਇਆ ਸੀ ਪਰ ਅੱਜ ਤੋਂ ਬਾਅਦ ਸਭ ਕੁਛ ਖਤਮ ਹੋ ਚੁੱਕਿਆ ਜਿਹੜਾ ਕੁਛ ਹੈਗਾ ਸੀਗਾ ਮੂਸੇਵਾਲੇ ਦੀ ਪਿੰਡ ਕਰਕੇ ਸੀ ਮੂਸੇਵਾਲੇ ਦੇ ਐਵੇਂ ਹੋਣ ਕਰਕੇ ਸੀਗਾ ਅੱਜ ਸਾਰਾ ਕੁਛ ਖਤਮ ਹੋ ਚੁੱਕਿਆ ਗੱਡੀ ਇੱਧਰੋਂ ਆ ਰਹੀ ਹੈ ਪਿੱਛੋਂ ਗੱਡੀਆਂ ਰੋਕ ਕੇ ਫਾਇਰ ਮਾਰਿਆ ਗੱਡੀਆਂ 'ਚ ਪਹਿਲਾਂ ਟਾਇਰਾਂ 'ਚ ਫਾਇਰ ਵੱਜਿਆ ਫਿਰ ਸ਼ੀਸ਼ਿਆਂ 'ਚ ਫਾਇਰ ਵੱਜਿਆ ਦੇਖੋ ਸਿੱਧੂ ਮੂਸੇਵਾਲਾ ਚਲਾ ਰਿਹਾ ਸੀ ਗੱਡੀ ਉਸ ਟਾਈਮ 5 ਫਾਇਰ ਲੱਗੇ ਹੋਏ ਨੇ ਉੱਥੇ ਮਤਲਬ ਇਹ ਲੱਗਦਾ ਕਿ ਉਹਨਾਂ ਨੇ ਪਹਿਲਾਂ ਪੂਰਾ ਰੇਕੀ ਕੀਤੀ ਵੀ ਹਾਂ ਪਲਾਨ ਸੀ ਸਾਰਾ ਪਲਾਨ ਦੇ ਸਾਜ਼ਿਸ਼ ਨਾਲ देखते हैं कि मानसा पंजाब का बहुत पछड़िया इलाका है वो छोटे जे पिंड मूसे तो उठ के पूरी चढ़ाई की थी बहुत नाम पूरे बॉलीवुड तक पूरी दुनिया तक नाम पहुँचाया सी अज वह नाम जिहड़ा सिद्धू मूसेवाला सिर्फ गीतों के सुनया जाऊगा उदो इतने कोई नहीं गोलियां मार के चले गए थी बाई की गड्डी खड़ी जी इतने लोगों का इकट्ठ होया पाया पर बाई की गड्डी हाथ नहीं कोई पा रहा है असी आके बई आके कढ़िया लोगों तरले मिंड का किते भी साडे नाल बाई नूं कढ़ाओ बई पर साडे नाल कोई लग्गिया नहीं साडी मदद नहीं की किसी ने लोग आप मोबाइल लेके वीडियो लैब होने लग गए फिर मिनट तरले कढ़ के बई मसा बाई नूं कढ़िया उदों बाई दे सांह चलदे सी सिद्धू मूसेवाला आप गड्डी ड्राइव कर रहा सी आ गोलियां बजियां ने बिल्कुल शीशे दे विच गोलियां बजियां जिथे वह चला रहे सी बिल्कुल नेड़े तो तुहानूं दिखा रहे हां कि पूरी तैयारी दे नाल हमलावर आए उन्होंने पहला टायरां दे विच गोलियां मारियां तुसीं देख सकदे हो टायर आ जिहड़े ओह पंचर होए ने टायरों के गोलियां मारिया शीशा टुटिया कच टुटिया होया पूरी तरह गड्डी है जी देखो साइडा तो भी गड्डी है जी पूरी तरह टुटी हुई है खिच गोली सी इधरले पासे एक उन्होंने आ कूनी ते सी आ कूनी तो मन को जब है नहीं सी फायर बजा होगा तो एक उन्होंने इतने है जी दिल तो इतने तो एक शायद उन्होंने इतों बच के मतलब इधर गोली निकल गई लोग आ जोड़े उन्होंने बड़ी हैरानीजनक खबर है कि उन्होंने बिल्कुल भी पता नहीं सी आ देखो इधर तस्वीर तुम ये गोली एक गोली का निशान आ जिहड़ा गोलियां गड्डी दी टाकी दे विच वज्जिया आ देखो घट्टो घट 25-30 गोलियां मेरे ख्याल दे विच ये दो साइडां अज भाई दुख बहुत आ भाई दा अज छड के चला गया भाई एक हीरा बंदा सी जवार के पिंड दे विच खड़े आ जिथे एन मौके ते पिछे गड्डी खड़ी आ जिहदे विच हमलावरां ने अनेक गोलियां मार के पंजाबी गायक सिद्धू मूसेवाले की हत्या कर दी साडे नाल ਉਹ ਨੌਜਵਾਨ ਮੌਜੂਦ ਨੇ ਜਿਨ੍ਹਾਂ ਨੇ ਮੂਸੇਵਾਲ ਨੂੰ ਉਹ ਗੱਡੀ ਦੇ ਵਿੱਚੋਂ ਕੱਢਿਆ ਬਾਈ ਤੁਸੀਂ ਜਦੋਂ ਆਏ ਤਾਂ ਕਿਹੋ ਜਿਹਾ ਮਾਹੌਲ ਸੀ ਕਿ ਉਹ ਗੋਲੀਆਂ ਮਾਰ ਕੇ ਚਲੇ ਗਏ ਸੀ ਬਾਈ ਇਹ ਉਦੋਂ ਇੱਥੇ ਕੋਈ ਨਹੀਂ ਸੀਗਾ ਗੋਲੀਆਂ ਮਾਰ ਕੇ ਚਲੇ ਗਏ ਸੀ ਬਾਈ ਦੀ ਗੱਡੀ ਖੜੀ ਸੀ ਇੱਥੇ ਲੋਕਾਂ ਦਾ ਇਕੱਠ ਹੋਇਆ ਪਿਆ ਸੀ ਪਰ ਬਾਈ ਦੀ ਗੱਡੀ ਨੂੰ ਹੱਥ ਨਹੀਂ ਕੋਈ ਪਾ ਰਿਹਾ ਸੀਗਾ ਅਸੀਂ ਆ ਕੇ ਬਾਈ ਆ ਕੇ ਕੱਢਿਆ ਲੋਕਾਂ ਨੂੰ ਤਰਲੇ ਮਿੰਡ ਦਾ ਕੀਤੇ ਵੀ ਸਾਡੇ ਨਾਲ ਬਾਈ ਨੂੰ ਕਢਾਓ ਬਾਈ ਪਰ ਸਾਡੇ ਨਾਲ ਕੋਈ ਲੱਗਿਆ ਨਹੀਂ ਸਾਡੀ ਮਦਦ ਨਹੀਂ ਕੀਤੀ ਕਿਸੇ ਨੇ ਲੋਕ ਆਪ ਆਪਦੇ ਮੋਬਾਈਲ ਲੈ ਕੇ ਵੀਡੀਓ ਲੈਵ ਹੋਣ ਲੱਗ ਗਏ ਫਿਰ ਮੈਂ ਤਾਂ ਤਰਲੇ ਕੱਢ ਕੇ ਬਈ ਮਸਾਂ ਬਾਈ ਨੂੰ ਕੱਢਿਆ ਉਦੋਂ ਬਾਈ ਦੇ ਸਾਹ ਚੱਲਦੇ ਸੀਗੇ ਅੱਛਾ ਉਦੋਂ ਚੱਲਦੇ ਸੀ ਚੱਲਦੇ ਸੀ ਉਦੋਂ ਜਦੋਂ ਗੱਡੀ 'ਚ ਪਾਇਆ ਜੀ ਫਿਰ ਅਸੀਂ ਪਰਨਾਲੇ ਤੋਂ ਗੱਡੀ ਮੰਗਾਈ ਆ ਉਹ ਗੱਡੀ ਵਾਲਾ ਆ ਗਿਆ ਮੁੰਡਾ ਕਹਿੰਦਾ ਮੇਰੀ ਗੱਡੀ 'ਚ ਪਾਓ ਯਾਰ ਕਹਿੰਦਾ ਮੈਂ ਲੈ ਕੇ ਜਾਣਾ ਫਿਰ ਉਹ ਬਾਈ ਲੈ ਕੇ ਗਿਆ ਉੱਥੇ ਹਸਪਤਾਲ 'ਚ ਕਿੰਨੀਆਂ ਗੋਲੀਆਂ ਵੱਜੀਆਂ ਹੋਣੀਆਂ ਕਿੰਨੀਆਂ ਲੱਗਦੀਆਂ ਉਹਨਾਂ ਦੇ ਵੱਖੀ 'ਚ ਗੋਲੀ ਸੀ ਇਧਰਲੇ ਪਾਸੇ ਇੱਕ ਉਹਨਾਂ ਦੀ ਆ ਕੂਣੀ ਤੇ ਸੀ ਆ ਕੂਣੀ ਤਾਂ ਮਨ ਕੋ ਜਬਾ ਹੈ ਨਹੀਂ ਸੀ ਫਾਇਰ ਵੱਜਿਆ ਹੋਊਗਾ ਤੇ ਇੱਕ ਉਹਨਾਂ ਦੇ ਇੱਥੇ ਆ ਜੀ ਦਿਲ ਤੇ ਇੱਥੇ ਅੱਛਾ ਅੱਛਾ ਤੇ ਇੱਕ ਸ਼ਾਇਦ ਉਹਨਾਂ ਦੇ ਇੱਥੋਂ ਵੱਜ ਕੇ ਮਤਲਬ ਇਧਰ ਗੋਲੀ ਨਿਕਲ ਗਈ ਹਾਂ ਤੇ ਉਹਨਾਂ ਨੂੰ ਉਲਟੀ ਆਈ ਪਈ ਸੀ ਹਾਂ ਗੱਡੀ ਵੀ ਉਲਟੀ ਆਈ ਪਈ ਸੀ ਤੇ ਚਰਬੀ ਉਹਨਾਂ ਦੀ ਬਾਹਰ ਨਿਕਲੀ ਪਈ ਸੀ ਸਾਰੀ ਵੀ ਦੇਖਣ ਆਪਾਂ ਦੇਖ ਨਹੀਂ ਸਕਦੇ ਸੀਗੇ ਕਿ ਲੋਕ ਤਾਂ ਨਹੀਂ ਖਬਰ ਨਹੀਂ ਡਰਦੇ ਹੱਥ ਪਾਉਂਦੇ ਸੀਗੇ ਮਾਰ ਕੇ ਗੋਲੀਆਂ ਹਮਲਾਵਰ ਫਿਰ ਕਿਹੜੀ ਸਾਈਡ ਭੱਜਿਆ ਕਿੱਧਰ ਨੂੰ ਗਏ ਆ ਉਹ ਤਾਂ ਨਹੀਂ ਪਤਾ ਜੀ ਇਸ ਮੈਂ ਤਾਂ ਉਦੋਂ ਬਾਅਦ 'ਚ ਆਇਆ ਵੀ ਉਦੋਂ ਬਾਈ ਦੀ ਕਹਿੰਦਾ ਤਾਂ ਇਕੱਲੀ ਗੱਡੀ ਦੇਖੀ ਹੈਗੀ ਇੱਥੇ ਖੜੀ ਉਹਨਾਂ ਟਾਈਮ ਸਾਹ ਹਲੇ ਚੱਲਦੇ ਸੀ ਉਦੋਂ ਬਾਈ ਦੇ ਸਾਹ ਚੱਲਦੇ ਸੀ ਜਦੋਂ ਬਾਈ ਨੂੰ ਅਸੀਂ ਗੱਡੀ 'ਚ ਪਾਇਆ ਬਾਈ ਪੂਰੀ ਤਰ੍ਹਾਂ ਮੌਤ ਹਸਪਤਾਲ ਜਾ ਕੇ ਹੋਈ ਆ ਹਾਂਜੀ ਹਾਂ ਉਹ ਹਸਪਤਾਲ 'ਚ ਮੌਤ ਹੋਈ ਹੈ ਉਹਨਾਂ ਦੀ ਜਾ ਕੇ ਸਾਨੂੰ ਬਾਅਦ 'ਚ ਪਤਾ ਲੱਗਿਆ ਜੀ ਵੀ ਉਹਨਾਂ ਦੀ ਹਸਪਤਾਲ ਵਿੱਚ ਮੌਤ ਹੋ ਗਈ ਅੱਜ ਬਾਈ ਦੁੱਖ ਬਹੁਤ ਆ ਬਾਈ ਬਾਈ ਦਾ ਅੱਜ ਛੱਡ ਕੇ ਚਲਾ ਗਿਆ ਬਾਈ ਇੱਕ ਹੀਰਾ ਬੰਦਾ ਸੀ ਬਾਈ ਤੁਹਾਡੇ ਤੁਹਾਡਾ ਇਹੀ ਪਿੰਡ ਆ ਬਾਈ ਸਾਡਾ ਜਵਾਰ ਕੇ ਪਿੰਡ ਆ ਜੀ ਅੱਛਾ ਅੱਗੇ ਵੀ ਆਮ ਕੇ ਕਿਵੇਂ ਸੀਗਾ ਮਾਹੌਲ ਆਮ ਜਿਵੇਂ ਹੁੰਦੇ ਆ ਗਾਇਕ ਹੁੰਦੇ ਆ ਉਹਨਾਂ ਕੋਲ ਬਹੁਤ ਸਿਕਿਉਰਿਟੀ ਵੈਸੇ ਪਹਿਲਾਂ ਬਹੁਤ ਹੁੰਦੀ ਆ ਹਨਾ ਕਿ ਆਮ ਹੀ ਤੁਰੇ ਫਿਰਦੇ ਸੀ ਇੱਦਾਂ ਕਿ ਕੋਈ ਸੀਗਾ ਉਹਨਾਂ ਦਾ ਕਿ ਅਸੀਂ ਲੋਕਾਂ ਦੇ ਵਿੱਚ ਨਹੀਂ ਜਾਣਾ ਨਹੀਂ ਨਹੀਂ ਬਾਈ ਉਹ ਤਾਂ ਆਮ ਹੀ ਤੁਰੇ ਫਿਰਦੇ ਸੀ ਲੋਕਾਂ ਨੂੰ ਵਧੀਆ ਮਿਲਦੇ ਸੀ ਜੁਲਦੇ ਸੀ ਹੱਥ ਚੱਕਦੇ ਸੀ ਜਿੱਥੇ ਕੋਈ ਬਾਜ਼ਾਰ 'ਚ ਮਿਲਦੇ ਵਧੀਆ ਪ੍ਰੇਮ ਨਾਲ ਮਿਲਦੇ ਸੀ ਬੁਲਾਉਂਦੇ ਚਲਾਉਂਦੇ ਸੀ ਸਾਨੂੰ ਪਰਸੋਂ ਮਿਲ ਕੇ ਹਟਿਆ ਬਾਈ ਬਾਜ਼ਾਰ ਦੇ ਵਿੱਚ ਬਹੁਤ ਇੱਜ਼ਤ ਨਾਲ ਬੁਲਾਇਆ ਬਾਈ ਕਹਿੰਦਾ ਠੰਡਾ ਪੀਣੇ ਆ ਜਾਓ ਬਹਿ ਜਾਓ ਅਸੀਂ ਆਖਿਆ ਬਾਈ ਕੋਈ ਗੱਲ ਨਹੀਂ ਕਦੇ ਫਿਰ ਬੈਠਾਂਗੇ ਅੱਛਾ ਹਾਂਜੀ ਅੱਜ ਸਿਕਿਉਰਿਟੀ ਵਾਪਸ ਲਈ ਆ ਕੀ ਤੁਹਾਨੂੰ ਲੱਗਦਾ ਕਿ ਉਹਦੀ ਵੀ ਕੋਈ ਵਜ੍ਹਾ ਬਣੀ ਆ ਇਸ ਤਰ੍ਹਾਂ ਦਾ ਕਤਲ ਹੋਇਆ ਸਿਕਿਉਰਿਟੀ ਬਾਰੇ ਤਾਂ ਹੁਣ ਦੇਖੋ ਜੀ ਸਿਕਿਉਰਿਟੀ ਦਾ ਤਾਂ ਮੈਨੂੰ ਕਾਰ ਨੇ ਉਹੀ ਬਣਦੇ ਉਸੇ ਦੀ ਹੈ ਜੀ ਉਸੇ ਦੀ ਹੈ ਉਹੀ ਕਾਰ
ਬਣਦਾ ਕੱਲ ਸਕਿਉਰਿਟੀ ਵਾਪਸ ਲਈ ਹੈ ਅੱਜ ਬੰਦਾ ਮਾਰਦਾ ਹੋਰ ਕੀ ਬਣਦਾ ਹੋਰ ਕੁਛ ਵੀ ਨਹੀਂ ਹੈਗਾ ਕੀ ਤੁਹਾਨੂੰ ਲੱਗਦਾ ਉਹਨਾਂ ਦੀ ਕੋਈ ਨਿੱਜੀ ਰੰਜਿਸ਼ ਸੀ ਕਿਸੇ ਨਾਲ ਇਲਾਕੇ ਦੇ ਵਿੱਚ ਜਾਂ ਜਿਵੇਂ ਅੱਜ ਕੱਲ ਹੈਗਾ ਹੀ ਆ ਕੋਈ ਨਾ ਕੋਈ ਹੁੰਦੀ ਆ ਨਹੀਂ ਯਾਰ ਬਾਈ ਦਾ ਕੋਈ ਐਸਾ ਤਾਂ ਲੱਗਦਾ ਨਹੀਂ ਬਾਈ 'ਚ ਬੜੇ ਪ੍ਰੇਮ ਨਾਲ ਹੀ ਮਿਲਦਾ ਸੀ ਹਰ ਇੱਕ ਬਾਈ ਨੂੰ ਯਾਰ ਬਹੁਤ ਪ੍ਰੇਮ ਰੱਖਦਾ ਸੀ ਹਰ ਇੱਕ ਬੰਦੇ ਨਾਲ ਨਾ ਤਾਂ ਬੰਦੇ ਨਾਲ ਕੋਈ ਦੁਸ਼ਮਣੀ ਸੀ ਕਿਸੇ ਅੱਜ ਤੱਕ ਨਾ ਕੋਈ ਕਿਸੇ ਨਾਲ ਵੈਰ ਸੀਗਾ ਕਿਹੋ ਜਿਹਾ ਮਾਹੌਲ ਆ ਹੁਣ ਪੂਰੇ ਪਿੰਡ ਵਿੱਚ ਰੀਸੈਂਟਲੀ ਅਸੀਂ ਇੱਥੇ ਆਏ ਆ ਹੋਰ ਪਾਸੇ ਜਾ ਨਹੀਂ ਸਕੇ ਕਿਹੋ ਜਿਹਾ ਮਾਹੌਲ ਆ ਪੂਰੇ ਪਿੰਡ 'ਚ ਪਿੰਡ 'ਚ ਤਾਂ ਮਾਹੌਲ ਬਸ ਸਾਦਮੀ ਹੋ ਗਿਆ ਜੀ ਮਾਨਸਾ ਸਾਦਮੀ ਹੋ ਗਿਆ ਜੀ ਖਤਮ ਹੋ ਗਿਆ ਸਾਰਾ ਮਾਨਸਾ ਸਾਰੇ ਪਿੰਡ ਸਾਰਾ ਕੁਝ ਖਤਮ ਹੋ ਚੁੱਕਿਆ ਬਾਈ ਜਿਸ ਜਿਹੜਾ ਕੁਝ ਹੈਗਾ ਸੀਗਾ ਮੂਸੇ ਵਾਲੇ ਦੀ ਪਿੰਡ ਕਰਕੇ ਸੀ ਮੂਸੇ ਵਾਲੇ ਦੇ ਹੈਗੇ ਹੋਣ ਕਰਕੇ ਸੀਗਾ ਅੱਜ ਸਾਰਾ ਕੁਝ ਖਤਮ ਹੋ ਚੁੱਕਿਆ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਵੀ ਨੌਜਵਾਨ ਹੋ ਮਾਮਾ ਆਪਦੇ ਪੁੱਤਾਂ ਨੂੰ ਘਰੋਂ ਤੋੜਦੀਆਂ ਕੋਈ ਪਤਾ ਨਹੀਂ ਲੱਗਦਾ ਕਦੋਂ ਗੋਲੀਆਂ ਵੱਜਦੀਆਂ ਪਿੱਛੇ ਦੇ ਦੇਖਦੇ ਆ ਸੰਦੀਪ ਨੰਗਲੰਬੀਆਂ ਦੇ ਸਾਰੇ ਆਮ ਗੋਲੀਆਂ ਵੱਜਾ ਤਾਂ ਕਿਵੇਂ ਲੱਗਦਾ ਤੁਹਾਨੂੰ ਪੰਜਾਬ ਦਾ ਮਾਹੌਲ ਬੁਰਾ ਹਾਲ ਹੈ ਜਮਾ ਜਦੋਂ ਦੀ ਨਵੀਂ ਸਰਕਾਰ ਆਈ ਹੈ ਜਮਾ ਬੁਰਾ ਹਾਲ ਹੈ ਗੁੰਡਾਗਰਦੀ ਹੈ ਦੇਖੋ ਪਹਿਲਾਂ ਡਾਕਟਰ ਦਾ ਕਾਂਡ ਹੋ ਗਿਆ ਡਿਆ ਅਗਲੇ ਦਿਨ ਜਿੱਦਾਂ ਸਕਿਉਰਿਟੀ ਵਾਪਸ ਲਈ ਹੈ ਮੂਸੇ ਵਾਲਾ ਮਾਰਿਆ ਗਿਆ ਕੱਲ੍ਹ ਦੀ ਗੱਲ ਹੈ ਇਹ ਤੋਂ ਵੱਧ ਕੀ ਹੋਊਗਾ ਠੀਕ ਹੈ ਨਾ ਮਾਨਸਾ ਦਾ ਨਾਂ ਆਲੇ ਦੁਆਲੇ ਦੇ ਪਿੰਡਾਂ ਦਾ ਨਾਂ ਰੋਸ਼ਨ ਕਰਨ ਵਾਲਾ ਇੱਕੋ ਹੀ ਬੰਦਾ ਸੀਗਾ ਜਿਹੜਾ ਸਿੱਧੂ ਮੂਸੇ ਵਾਲਾ ਸੀ ਇਹ ਸਾਰਿਆਂ ਨੂੰ ਪਤਾ ਅੱਜ ਕੋਈ ਬੋਲੇ ਚਾਹੇ ਨਾ ਬੋਲੇ ਪਰ ਅੱਜ ਇਦੋਂ ਵੱਡਾ ਕਾਲਾ ਦਿਨ ਮਾਨਸਾ ਵਾਸਤੇ ਜਾਂ ਆਲੇ ਦੁਆਲੇ ਦੇ ਪਿੰਡਾਂ ਵਾਸਤੇ ਕਦੇ ਹੋ ਨਹੀਂ ਸਕਦਾ ਬੀਬੀ 31 ਜਿਹੜਾ ਅੱਜ ਜਿਹੜਾ ਸੀ ਅੱਜ ਉਹ ਜ਼ੀਰੋ ਹੋ ਚੁੱਕਿਆ ਹੈ ਸਿਰਫ ਸਿੱਧੂ ਮੂਸੇ ਵਾਲੇ ਕਰਕੇ ਜਿਹਦੇ ਕਰਕੇ ਸਾਰਾ ਕੁਛ ਖਤਮ ਹੋ ਚੁੱਕਿਆ ਆਲੇ ਦੁਆਲੇ ਦੇ ਪਿੰਡ ਸ਼ਹਿਰ ਸਭ ਕੁਛ ਖਤਮ ਹੋ ਗਏ ਮਾਨਸਾ ਦੇ ਵਿੱਚ ਆਪਣਾ ਬਣਿਆ ਹੋਇਆ ਸੀ ਨਾ ਵੀ ਆਪਾਂ ਜੇ ਕਿਤੇ ਬਾਹਰ ਜਾਂਦੇ ਕਹਿੰਦੇ ਵੀ ਕਿੱਥੋਂ ਹੈ ਮਾਨਸਾ ਮਾਨਸਾ ਨੂੰ ਤਾਂ ਕੋਈ ਜਾਣਦਾ ਨਹੀਂ ਹੈਗਾ ਸਿਰਫ ਅਸੀਂ ਕਹਿੰਦੇ ਸਿੱਧੂ ਮੂਸੇ ਵਾਲੇ ਦੇ ਪਿੰਡ ਤੋਂ ਹੈ ਹਾਂ ਹਾਂ ਮਾਨਸਾ ਤੋਂ ਅਗਲਾ ਕਹਿੰਦਾ ਹਾਂ ਠੀਕ ਹੈ ਹੁਣ ਕੌਣ ਪੁੱਛੂਗਾ ਬਿਲਕੁਲ ਸਿਰਫ ਉਹਦੀ ਸਪੋਰਟ ਕਰਕੇ ਅੱਜ ਨਾ ਬਣਿਆ ਹੋਇਆ ਸੀ ਪਰ ਅੱਜ ਤੋਂ ਬਾਅਦ ਸਭ ਕੁਛ ਖਤਮ ਹੋ ਚੁੱਕਿਆ ਗੱਲ ਕਤਲ ਆਮ ਬੰਦਾ ਨਹੀਂ ਕਰ ਸਕਦਾ ਬਿਲਕੁਲ ਜੇ ਆਪਾਂ ਆਖੀਏ ਕੋਈ ਆਮ ਬੰਦਾ ਮੈਂ ਤੁਹਾਨੂੰ ਪੈਸੇ ਦੇ ਦੂੰਗਾ ਵੀ ਯਾਰ ਕਤਲ ਕਰ ਦਿਓ ਆਮ ਬੰਦਾ ਨਹੀਂ ਕਰ ਸਕਦਾ ਸਭ ਮਿਲੀ ਭੁਗਤਾ ਗੱਲ ਖਤਮ ਹੈ ਕੋਈ ਪਤਾ ਲੱਗਿਆ ਹਥਿਆਰ ਕਿਹੋ ਜਿਹੇ ਸੀ ਉਹਨਾਂ ਕੋਲ ਲੱਗਿਆ ਜੇ ਪਤਾ ਲੱਗਦਾ ਤਾਂ ਵੀ ਕੁਛ ਨਹੀਂ ਹੋ ਸਕਦਾ ਇਹ ਤਾਂ ਸੋਚਿਆ ਸਮਝਿਆ ਸਾਜਿਸ਼ ਹੈ ਕੋਈ ਦੇਖੋ ਗੱਡੀ ਇੱਧਰੋਂ ਆ ਰਹੀ ਹੈ ਪਿੱਛੋਂ ਗੱਡੀਆਂ ਰੋਕ ਕੇ ਫਾਇਰ ਮਾਰਿਆ ਗੱਡੀਆਂ 'ਚ ਪਹਿਲਾਂ ਟਾਇਰਾਂ 'ਚ ਫਾਇਰ ਵੱਜਿਆ ਫਿਰ ਸ਼ੀਸ਼ਿਆਂ 'ਚ ਫਾਇਰ ਵੱਜਿਆ ਦੇਖੋ ਸਿੱਧੂ ਮੂਸੇ ਵਾਲਾ ਚਲਾ ਰਿਹਾ ਸੀ ਗੱਡੀ ਉਸ ਟਾਈਮ 5 ਫਾਇਰ ਲੱਗੇ ਹੋਏ ਨੇ ਉੱਥੇ ਇਹਦਾ ਮਤਲਬ ਇਹ ਲੱਗਦਾ ਕਿ ਉਹਨਾਂ ਨੇ ਪਹਿਲਾਂ ਪੂਰਾ ਰੇਕੀ ਕੀਤੀ ਵੀ ਹਾਂ ਪਲਾਨ ਸੀ ਸਾਰਾ ਪਲਾਨ ਦੇ ਸਾਜਿਸ਼ ਨਾਲ ਹੋਇਆ ਸਾਰੇ ਬੰਦੇ ਖੜੇ ਆ ਸਾਰਾ ਪਿੰਡ ਖੜਾ ਸਾਰਾ ਕੁਝ ਪਲਾਨ ਦੇ ਨਾਲ ਹੁੰਦਾ ਬਿਨਾਂ ਪਲਾਨ ਤੋਂ ਕੁਛ ਵੀ ਨਹੀਂ ਪਤਾ ਕਿਹੜਾ ਬੰਦਾ ਕਿੱਥੇ ਤੁਰਿਆ ਫਿਰਦਾ ਠੀਕ ਹੈ ਨਾ ਗੱਲ ਸਾਰਾ ਕੁਝ ਜਿਹੜਾ ਕੁਛ ਵੀ ਹੋਇਆ ਪਲਾਨ ਦੇ ਨਾਲ ਹੁੰਦਾ ਆਲ ਬਾਰਡਰ ਦਾ ਸਟਾਰ ਅੱਜ ਖਤਮ ਹੋ ਗਿਆ ਜੀ ਜਮਾ ਜੀ ਆਪਣਾ ਆਪਣਾ ਪੰਜਾਬ ਖਤਮ ਹੋ ਚੁੱਕਿਆ ਮਾਨਸਾ ਤਾਂ ਜ਼ੀਰੋ ਹੋ ਗਿਆ ਗੱਲ ਖਤਮ ਹੈ ਜਿਹਦੇ ਕਰਕੇ ਵੱਡੇ ਸੋਗ ਦੇ ਵਿੱਚ ਮਾਨਸਾ ਹੀ ਨਹੀਂ ਪੂਰੇ ਪੰਜਾਬ ਦੇ ਲੋਕ ਉਹ ਵੱਡੇ ਸੋਗ ਦੇ ਵਿੱਚ ਆ ਵੱਡਾ ਝਟਕਾ ਜਿਹੜਾ ਲੱਗਿਆ ਕਿਉਂਕਿ ਇੱਕਦਮ ਅਚਾਨਕ ਖਬਰ ਆਈ ਕਿ ਸਿੱਧੂ ਮੂਸੇਵਾਲੇ ਦੇ ਗੋਲੀਆਂ ਮਾਰ ਦਿੱਤੀਆਂ ਗਈਆਂ ਇੱਥੋਂ ਪਤਾ ਕੀਤਾ ਕਿ ਕੋਈ ਨਿੱਜੀ ਰੰਜਿਸ਼ ਸੀ ਤਾਂ ਪਿੰਡ ਦੇ ਲੋਕਾਂ ਨੇ ਕਿਹਾ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਸਾਰਿਆਂ ਨੂੰ ਬੜੇ ਪਿਆਰ ਦੇ ਨਾਲ ਉਹ ਸਿੰਗਰ ਜਿਹੜਾ ਸੀ ਮਿਲਦਾ ਸੀ ਤਾਂ ਪੰਜਾਬ ਦੇ ਲਈ ਪੰਜਾਬ ਦੇ ਲਾਅ ਐਂਡ ਆਰਡਰ ਦੇ ਲਈ ਵੱਡੇ ਸਵਾਲ ਨੇ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਮਾਨਸਾ ਪੰਜਾਬ ਦਾ ਬਹੁਤ ਪਛੜਿਆ ਇਲਾਕਾ ਹੈ ਉਹਦੇ ਛੋਟੇ ਜਿਹੇ ਪਿੰਡ ਮੂਸੇ ਤੋਂ ਉੱਠ ਕੇ ਪੂਰੀ ਚੜ੍ਹਾਈ ਕੀਤੀ ਸੀ ਬਹੁਤ ਨਾਮ ਪੂਰੇ ਬਾਲੀਵੁੱਡ ਤੱਕ ਪੂਰੀ ਦੁਨੀਆ ਤੱਕ ਨਾਮ ਪਹੁੰਚਾਇਆ ਸੀ ਅੱਜ ਉਹ ਨਾਮ ਜਿਹੜਾ ਸਿੱਧੂ ਮੂਸੇਵਾਲਾ ਸਿਰਫ ਗੀਤਾਂ ਦੇ ਵਿੱਚ ਸੁਣਿਆ ਜਾਊਗਾ ਅੱਜ ਉਹ ਅੱਜ ਤੋਂ ਬਾਅਦ ਕਦੇ ਦਿਖੂਗਾ ਨਹੀਂ ਸੋ ਹੋਰ ਵੀ ਤੁਹਾਨੂੰ ਖਬਰਾਂ ਦੇਵਾਂਗੇ ਜੁੜੇ ਰਹੋ ਦੁਨੀਆ ਦੇ ਨਾਲ